ਕੇਂਦਰ ਖਿਲਾਫ ਧਰਨੇ ਤੇ ਬੈਠੀ ਮਮਤਾ ਬੇਨਰਜੀ ਬਿੱਤੀ ਰਾਤ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਦੇ ਘਰ ਤੇ ਸੀਬੀਆਈ ਵੱਲੋਂ ਨਾਕਾਮ ਛਾਪੇਮਾਰੀ ਕੀਤੇ ਜਾਣ ਤੋਂ ਨਾਰਾਜ਼ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਸੂਬੇ 'ਚ ਤਖਤਾ ਪਲਟ ਕਰਨ ਦੇ ਦੋਸ਼ ਲਗਾਏ ਹਨ ਮਮਤਾ ਨੇ ਇਸ ਨੂੰ ਲੋਕਤੰਤਰ ਤੇ ਸੰਘਵਾਦ ਦੀ ਭਾਵਨਾ ਨੂੰ ਦਬਾਉਣ ਵਾਲਾ ਦੱਸਿਆ ਤੇ ਨਾਟਕੀ ਪ੍ਰਦਰਸ਼ਨ 'ਚ ਪੂਰੇ ਰੰਗ ਦੇ ਸ਼ਾਲ 'ਚ ਲਿਪਟੀ ਮਮਤਾ ਬੇਨਰਜੀ ਨੇ ਕੋਲਕਾਤਾ ਦੇ ਮੈਟਰੋ ਸਿਨੇਮਾ ਦੇ ਸਾਹਮਣੇ ਧਰਨੇ ਤੇ ਬੈਠ ਕੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਸ਼ ਮਮਤਾ ਬੇਨਰਜੀ ਜੋ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿਰੋਧੀ ਗੱਠਜੋੜ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਸਭ ਤੋਂ ਅੱਗੇ ਹਨ ਨੇ ਦਾਅਵਾ ਕੀਤਾ ਕਿ ਸੀਬੀਆਈ ਬਿਨਾਂ ਕਿਸੇ ਸਰਚ ਵਾਰੰਟ ਦੇ ਕੋਲਕਾਤਾ ਕਮਿਸ਼ਨਰ ਰਾਜੀ ਕੁਮਾਰ ਦੇ ਘਰ ਪੁੱਜੀ ਸੀ ਮਮਤਾ ਬੇਨਰਜੀ ਵੱਲੋਂ ਦਿੱਤੇ ਗਏ ਧਾਰਨੇ ਵਿੱਚ ਵੱਡੀ ਗਿਣਤੀ ਵਿੱਚ ਟੀਐਮਸੀ ਦੇ ਵਰਕਰ ਸ਼ਾਮਲ ਹੋਏ ਜਿਨ੍ਹਾਂ ਨੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਉਧਰ ਸੀਬੀਆਈ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਤੇ ਸੁਪਰੀਮ ਕੋਰਟ 4 ਫਰਵਰੀ ਨੂੰ ਤੇ ਸੁਪਰੀਮ ਕੋਰਟ ਇਸਤੇ 5 ਫਰਵਰੀ ਨੂੰ ਸੁਣਵਾਈ ਕਰੇਗਾ